ਵਹੀਕਲਾਂ ਦੀ ਚੈਕਿੰਗ ਕਰ ਰਹੇ ਹਾਂ ਅਤੇ ਜਿਹਨਾਂ ਦੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਸਮੇਂ ਸਿਰ ਚਲਾਨ ਵੀ ਕਰ ਰਹੇ ਹਾਂ। ਕੋਈ ਵੀ ਜਿਹੜਾ ਵਿਅਕਤੀ ਆ, ਕੋਈ ਦੁਕਾਨਦਾਰ ਚਾਹੇ, ਉਹਨਾਂ ਦੀ ਮੀਟਿੰਗ ਵੀ ਕਰ ਰਹੇ ਹਾਂ ਅਸੀਂ ਜੂਲਰਸ ਦੇ ਨਾਲ ਅਤੇ ਜਿਹੜੇ ਵੀ ਹੈਗਾ ਡਿਪਾਰਟਮੈਂਟਲ ਦੇ ਨਾਲ ਕਿ ਕੋਈ ਵੀ ਪਟਾਕਿਆਂ ਦਾ ਬਿਨਾਂ ਪਰਮਿਸ਼ਨ ਨਾ ਲਗਾਵੇ। ਅਗਰ ਬਿਨਾਂ ਪਰਮਿਸ਼ਨ ਕੋਈ ਪਟਾਕੇ ਲਗਾਊ ਤਾਂ ਉੱਥੇ ਸਖ਼ਤ ਕਾਰਵਾਈ ਕੀਤੀ ਜਾਊਗੀ ਅਤੇ ਉਹਨਾਂ 'ਤੇ ਪਰਚੇ ਵੀ ਦਰਜ ਕੀਤੇ ਜਾਣਗੇ। ਇਮਾਨਯੋਗ SSP ਸ਼੍ਰੀ ਹਰੀਸ਼ ਜੈਮਾ ਜੀ ਦਿਸ਼ਾ ਨਿਰਦੇਸ਼ਾਂ ਹੇਠ ਅਤੇ SP ਹੈੱਡਕੁਆਟਰ ਸਰਦਾਰ ਜਗਰਾਜ ਸਿੰਘ ਦੀ ਹਦਾਇਤਾਂ ਅਤੇ DSP ਸਿਟੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਸ਼ਹਿਰ ਦੇ ਵਿੱਚ ਫਲੈਗ ਮਾਰਚ ਅਤੇ ਨਾਕਾਬੰਦੀ ਕੀਤੀ ਗਈ ਹੈ, ਜਿੱਦਾਂ ਵੱਖ ਵੱਖ ਜਗ੍ਹਾ ਦੇ ਹਨੂੰਮਾਨ ਚੌਂਕ, ਕਾਨੂੰਨ ਚੌਂਕ, ਸਾਡਾ ਬੱਬਰੀ ਨਾਕਾ ਵੀ ਚੱਲ ਰਿਹਾ, ਫਿਰ ਰਵਿਦਾਸ ਚੌਂਕ, ਘਰਾਲਾ ਬਾਈਪਾਸ, ਅਤੇ ਹੁਣ ਅਸੀਂ ਇਸ ਟਾਈਮ ਹਨੂੰਮਾਨ ਚੌਂਕ ਨਾਕਾ ਲਗਾ ਕੇ ਜਿਹੜੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਹਾਂ ਅਤੇ ਜਿਹਨਾਂ ਦੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਸਮੇਂ ਸਿਰ ਚਲਾਨ ਵੀ ਕਰ ਰਹੇ ਹਾਂ। ਸੀਜ਼ਨ ਲੈ ਕੇ ਵੱਖ ਵੱਖ ਸਾਡੇ PCR ਜਿੱਦਾਂ 24 ਘੰਟੇ ਚੱਲ ਰਹੇ ਨੇ, 7 to 24 hours ਸਾਡੇ PCR ਜਿਹੜੇ ਦਿਨੇ 8 ਹੁੰਦੇ ਨੇ ਰਾਤ 9 ਹੁੰਦੇ ਨੇ ਅਤੇ ਉਹ ਦਰਜਾ ਚੈਕਿੰਗ ਕਰਦੇ ਰਹਿੰਦੇ ਨੇ। ਅਤੇ ਸ਼ਹਿਰ ਦੇ ਵਿੱਚ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਕੋਈ ਵੀ ਜਿਹੜਾ ਵਿਅਕਤੀ ਆ, ਕੋਈ ਦੁਕਾਨਦਾਰ ਚਾਹੇ, ਉਹਨਾਂ ਦੀ ਮੀਟਿੰਗ ਵੀ ਕਰ ਰਹੇ ਹਾਂ ਅਸੀਂ ਜੂਲਰਸ ਦੇ ਨਾਲ ਅਤੇ ਜਿਹੜੇ ਵੀ ਹੈਗਾ ਡਿਪਾਰਟਮੈਂਟਲ ਦੇ ਨਾਲ ਕਿ ਕੋਈ ਵੀ ਪਟਾਕਿਆਂ ਦਾ ਬਿਨਾਂ ਪਰਮਿਸ਼ਨ ਨਾ ਲਗਾਵੇ। ਅਗਰ ਬਿਨਾਂ ਪਰਮਿਸ਼ਨ ਕੋਈ ਪਟਾਕੇ ਲਗਾਊ ਤਾਂ ਉੱਥੇ ਸਖ਼ਤ ਕਾਰਵਾਈ ਕੀਤੀ ਜਾਊਗੀ ਅਤੇ ਉਹਨਾਂ 'ਤੇ ਪਰਚੇ ਵੀ ਦਰਜ ਕੀਤੇ ਜਾਣਗੇ। ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਸ਼ਹਿਰ ਵਿੱਚ ਬਿਲਕੁਲ ਅਮਨੋ ਅਮਾਨ ਹੈ, ਕਿਸੇ ਨੂੰ ਕੋਈ ਡਰ ਭੈ ਦੀ ਲੋੜ ਨਹੀਂ। ਪੁਲਿਸ ਹਮੇਸ਼ਾ ਉਹਦੀ ਸਹਾਇਤਾ ਵਾਸਤੇ ਸਟੈਂਡ ਕਰਦੀ ਹੈ, ਤਤਪਰ ਹੈ। ਉਹ ਜਦੋਂ ਵੀ ਆਪਣੀ ਕੋਈ ਸੂਚਨਾ ਦੇਣੀ ਚਾਹੁਣ ਪੁਲਿਸ ਨੂੰ ਦੇ ਸਕਦੇ ਹਨ, 112 'ਤੇ ਕਾਲ ਕਰ ਸਕਦੇ ਹਨ, ਸਾਡੇ ਪੁਲਿਸ ਸਟੇਸ਼ਨ ਵਿੱਚ ਜਾ ਕੇ ਦੱਸ ਸਕਦੇ ਹਨ। ਪੁਲਿਸ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਹਾਜ਼ਰ ਹੈ। ਦੇਖੋ ਜੀ, ਸਾਰੇ ਟ੍ਰੈਫਿਕ ਜਿੱਦਾਂ ਜਿੰਨੇ ਵੀ ਚੌਂਕ ਉੱਥੇ ਸਾਰੇ ਟ੍ਰੈਫਿਕ ਦੇ ਮੁਲਾਜ਼ਮ ਖੜ੍ਹੇ ਹਨ, ਸਾਡਾ PCR ਵੀ ਟਾਈਮ ਟਾਈਮ 'ਤੇ, ਸਾਡੇ ਲੇਡੀਜ਼ PCR ਵੀ ਕੰਮ ਕਰ ਰਹੇ ਹਨ। ਵਹੀਕਲਾਂ ਦੀ ਚੈਕਿੰਗ ਕਰ ਰਹੇ ਹਾਂ ਅਤੇ ਜਿਹਨਾਂ ਦੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਸਮੇਂ ਸਿਰ ਚਲਾਨ ਵੀ ਕਰ ਰਹੇ ਹਾਂ। ਕੋਈ ਵੀ ਜਿਹੜਾ ਵਿਅਕਤੀ ਆ, ਕੋਈ ਦੁਕਾਨਦਾਰ ਚਾਹੇ, ਉਹਨਾਂ ਦੀ ਮੀਟਿੰਗ ਵੀ ਕਰ ਰਹੇ ਹਾਂ ਅਸੀਂ ਜੂਲਰਸ ਦੇ ਨਾਲ ਅਤੇ ਜਿਹੜੇ ਵੀ ਹੈਗਾ ਡਿਪਾਰਟਮੈਂਟਲ ਦੇ ਨਾਲ ਕਿ ਕੋਈ ਵੀ ਪਟਾਕਿਆਂ ਦਾ ਬਿਨਾਂ ਪਰਮਿਸ਼ਨ ਨਾ ਲਗਾਵੇ। ਅਗਰ ਬਿਨਾਂ ਪਰਮਿਸ਼ਨ ਕੋਈ ਪਟਾਕੇ ਲਗਾਊ ਤਾਂ ਉੱਥੇ ਸਖ਼ਤ ਕਾਰਵਾਈ ਕੀਤੀ ਜਾਊਗੀ ਅਤੇ ਉਹਨਾਂ 'ਤੇ ਪਰਚੇ ਵੀ ਦਰਜ ਕੀਤੇ ਜਾਣਗੇ। ਇਮਾਨਯੋਗ SSP ਸ਼੍ਰੀ ਹਰੀਸ਼ ਜੈਮਾ ਜੀ ਦਿਸ਼ਾ ਨਿਰਦੇਸ਼ਾਂ ਹੇਠ ਅਤੇ SP ਹੈੱਡਕੁਆਟਰ ਸਰਦਾਰ ਜਗਰਾਜ ਸਿੰਘ ਦੀ ਹਦਾਇਤਾਂ ਅਤੇ DSP ਸਿਟੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਸ਼ਹਿਰ ਦੇ ਵਿੱਚ ਫਲੈਗ ਮਾਰਚ ਅਤੇ ਨਾਕਾਬੰਦੀ ਕੀਤੀ ਗਈ ਹੈ, ਜਿੱਦਾਂ ਵੱਖ ਵੱਖ ਜਗ੍ਹਾ ਦੇ ਹਨੂੰਮਾਨ ਚੌਂਕ, ਕਾਨੂੰਨ ਚੌਂਕ, ਸਾਡਾ ਬੱਬਰੀ ਨਾਕਾ ਵੀ ਚੱਲ ਰਿਹਾ, ਫਿਰ ਰਵਿਦਾਸ ਚੌਂਕ, ਘਰਾਲਾ ਬਾਈਪਾਸ, ਅਤੇ ਹੁਣ ਅਸੀਂ ਇਸ ਟਾਈਮ ਹਨੂੰਮਾਨ ਚੌਂਕ ਨਾਕਾ ਲਗਾ ਕੇ ਜਿਹੜੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਹਾਂ ਅਤੇ ਜਿਹਨਾਂ ਦੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਸਮੇਂ ਸਿਰ ਚਲਾਨ ਵੀ ਕਰ ਰਹੇ ਹਾਂ। ਸੀਜ਼ਨ ਲੈ ਕੇ ਵੱਖ ਵੱਖ ਸਾਡੇ PCR ਜਿੱਦਾਂ 24 ਘੰਟੇ ਚੱਲ ਰਹੇ ਨੇ, 7 to 24 hours ਸਾਡੇ PCR ਜਿਹੜੇ ਦਿਨੇ 8 ਹੁੰਦੇ ਨੇ ਰਾਤ 9 ਹੁੰਦੇ ਨੇ ਅਤੇ ਉਹ ਦਰਜਾ ਚੈਕਿੰਗ ਕਰਦੇ ਰਹਿੰਦੇ ਨੇ। ਅਤੇ ਸ਼ਹਿਰ ਦੇ ਵਿੱਚ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਕੋਈ ਵੀ ਜਿਹੜਾ ਵਿਅਕਤੀ ਆ, ਕੋਈ ਦੁਕਾਨਦਾਰ ਚਾਹੇ, ਉਹਨਾਂ ਦੀ ਮੀਟਿੰਗ ਵੀ ਕਰ ਰਹੇ ਹਾਂ ਅਸੀਂ ਜੂਲਰਸ ਦੇ ਨਾਲ ਅਤੇ ਜਿਹੜੇ ਵੀ ਹੈਗਾ ਡਿਪਾਰਟਮੈਂਟਲ ਦੇ ਨਾਲ ਕਿ ਕੋਈ ਵੀ ਪਟਾਕਿਆਂ ਦਾ ਬਿਨਾਂ ਪਰਮਿਸ਼ਨ ਨਾ ਲਗਾਵੇ। ਅਗਰ ਬਿਨਾਂ ਪਰਮਿਸ਼ਨ ਕੋਈ ਪਟਾਕੇ ਲਗਾਊ ਤਾਂ ਉੱਥੇ ਸਖ਼ਤ ਕਾਰਵਾਈ ਕੀਤੀ ਜਾਊਗੀ ਅਤੇ ਉਹਨਾਂ 'ਤੇ ਪਰਚੇ ਵੀ ਦਰਜ ਕੀਤੇ ਜਾਣਗੇ। ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਸ਼ਹਿਰ ਵਿੱਚ ਬਿਲਕੁਲ ਅਮਨੋ ਅਮਾਨ ਹੈ, ਕਿਸੇ ਨੂੰ ਕੋਈ ਡਰ ਭੈ ਦੀ ਲੋੜ ਨਹੀਂ। ਪੁਲਿਸ ਹਮੇਸ਼ਾ ਉਹਦੀ ਸਹਾਇਤਾ ਵਾਸਤੇ ਸਟੈਂਡ ਕਰਦੀ ਹੈ, ਤਤਪਰ ਹੈ। ਉਹ ਜਦੋਂ ਵੀ ਆਪਣੀ ਕੋਈ ਸੂਚਨਾ ਦੇਣੀ ਚਾਹੁਣ ਪੁਲਿਸ ਨੂੰ ਦੇ ਸਕਦੇ ਹਨ, 112 'ਤੇ ਕਾਲ ਕਰ ਸਕਦੇ ਹਨ, ਸਾਡੇ ਪੁਲਿਸ ਸਟੇਸ਼ਨ ਵਿੱਚ ਜਾ ਕੇ ਦੱਸ ਸਕਦੇ ਹਨ। ਪੁਲਿਸ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਹਾਜ਼ਰ ਹੈ। ਦੇਖੋ ਜੀ, ਸਾਰੇ ਟ੍ਰੈਫਿਕ ਜਿੱਦਾਂ ਜਿੰਨੇ ਵੀ ਚੌਂਕ ਉੱਥੇ ਸਾਰੇ ਟ੍ਰੈਫਿਕ ਦੇ ਮੁਲਾਜ਼ਮ ਖੜ੍ਹੇ ਹਨ, ਸਾਡਾ PCR ਵੀ ਟਾਈਮ ਟਾਈਮ 'ਤੇ, ਸਾਡੇ ਲੇਡੀਜ਼ PCR ਵੀ ਕੰਮ ਕਰ ਰਹੇ ਹਨ।